ਪ੍ਰੈਕਟੀਕਲੀ ਬਾਈ ਯੂਨੀਵਰਸਿਟੀ ਦੀ ਨੌਕਰੀ ਛੱਡ ਕੇ ਇੱਕ ਫਕੀਰ ਦੇ ਦਰ ਤੇ ਰਹਿਣ ਦਾ ਮੇਰਾ ਕਾਰਨ ਇਹ ਸੀ ਕਿ ਮੈਨੂੰ ਉਹਨਾਂ ਦੀ ਫਲਸਫੀ ਵਧੀਆ ਲੱਗੀ ਮੈਨੂੰ ਉਹਦਾ ਲਾਈਫ ਸਟਾਈਲ ਵਧੀਆ ਏਹੀ ਮੇਰਾ ਅਗਲਾ ਸਵਾਲ ਸੀ ਯੂਨੀਵਰਸਿਟੀ ਦੀ ਨੌਕਰੀ ਛੱਡ ਕੇ ਕੁੱਟੀਆਂ ਚ ਆ ਕੇ ਰਹਿਣਾ ਇਸ ਬਾਬ ਕਿਵੇਂ ਬਣਦਾ ਮੈਨੂੰ ਮੇਰਾ ਦੋਸਤ ਲਿਆ ਸੀ ਬਾਈ ਹਾਂ ਮੇਰਾ ਇੱਕ ਉਧਰ ਕਾਪਰ ਹੀੜਾ ਰੀੜੇ ਦਾ ਇੱਕ ਦੋਸਤ ਆ ਮੇਰਾ ਮਿੱਠਾ ਉਹ ਹਿੰਦੀ ਡਿਪਾਰਟਮੈਂਟ ਚ ਆਪਦੀ ਪੜਾਈ ਕਰਦਾ ਸੀ ਹੂੰ ਉਹ ਉਹਨਾਂ ਦਾ ਪਰਿਵਾਰ ਜਿਹੜਾ ਬੇਬੇ ਹੋਰਾਂ ਕੋਲੇ ਪਹਿਲਾਂ ਆਉਂਦਾ ਸੀ ਤੇ ਮੇਰਾ ਉੱਥੇ ਯੂਨੀਵਰਸਿਟੀ ਚ ਗੁਰਦੁਆਰੇ ਮੰਦਰ ਮਸੀਤ ਜਾਣਾ ਕਿਉਂਕਿ ਤਿੰਨ ਹੀ ਨੇ ਯੂਨੀਵਰਸਿਟੀ ਚ ਹੂੰ ਉਹਨਾਂ ਨੂੰ ਲੱਗਦਾ ਸੀ ਵੀ ਇਹ ਖਿਲ ਰਿਹਾ ਜਾਂ ਪਿਆ ਵੀ ਕਦੇ ਉੱਥੇ ਕਦੇ ਉੱਥੇ ਕਦੇ ਉੱਥੇ ਤਾਂ ਮੈਨੂੰ ਅਕਸਰ ਮੈਨੂੰ ਮਿਲਦਾ ਸੀ ਗੀਤ ਗਾਉਂਦੇ ਸੀ ਉੱਥੇ ਚਲੋ ਦੋਸਤ ਵੀ ਆ ਮੇਰਾ ਕਿ ਉਹ ਤਾਂ ਮੈਨੂੰ ਨੇੜੇ ਸਵਾਲ ਪੁੱਛ ਲੈਂਦਾ ਸੀ ਕਿ ਤੂੰ ਪਾਲਦਾ ਕੀ ਹੈ ਮੈਂ ਯਾਰ ਦੇਖ ਪਤਾ ਤਾਂ ਮੈਨੂੰ ਵੀ ਨਹੀਂ ਮੈਂ ਕੀ ਪਾਲਦਾ ਹੂੰ ਪਰ ਮੈਨੂੰ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਹਨ ਮਸੀਤੇ ਜਾ ਕੇ ਉਹ ਸਾਊਂਡ ਨੂੰ ਫੀਲ ਕਰਨਾ ਜਦੋਂ ਅੰਦਰ ਚ ਜਾ ਕੇ ਉਹ ਜਵੇਂ ਢੋਲਕੀ ਤੇ ਕ੍ਰਿਸ਼ਨ ਬਾਬੇ ਦੇ ਭਜਨ ਗਾਉਂਦਿਆਂ ਬੀਬੀ ਉਹ ਤੇ ਸ਼ੰਕਰ ਜੀ ਦੇ ਭਜਨ ਗਾਉਂਦਿਆਂ ਮੈਨੂੰ ਚੰਗਾ ਲੱਗਦਾ ਬਾਹਰ ਉਹਨਾਂ ਨਾਲ ਬਹਿ ਕੇ ਗਾਉਣਾ ਹੂੰ ਕਹਿੰਦਾ ਨਾ ਸਾਡੇ ਬੇਬੇ ਇੱਕ ਕਹਿੰਦਾ ਉਹ ਵੀ ਜ਼ਿੰਦਗੀ ਨੂੰ ਇਦਾਂ ਹੀ ਸੋਚਦੇ ਹੂੰ ਵੀ ਬਾਲਾ ਉਹਨਾਂ ਨੂੰ ਧਰਮ ਦਾ ਜਾਤ ਪਾਤ ਦਾ ਬੁਖਾਰ ਨਹੀਂ ਕੋਈ ਚੜਿਆ ਹੋਇਆ ਉਹ ਵੀ ਸੰਗਤ ਨੂੰ ਇਦਾਂ ਹੀ ਕਹਿੰਦੇ ਆ ਓਏ ਇਸ਼ਕ ਕਰਿਆ ਕਰੋ ਹੂੰ ਇਸ਼ਕ ਕਰਿਆ ਕਰੋ ਤਾਂ ਮੈਨੂੰ ਵੀ ਲੱਗਿਆ ਬਾਹਰ ਫਿਰ ਮੈਨੂੰ ਲੈ ਕੇ ਚੱਲ ਉਹਨਾਂ ਕੋਲ ਹੂੰ ਤਾਂ ਮੈਂ 19 ਦਸੰਬਰ 2010 ਬਾਈ ਉਹ ਮੇਰਾ ਪਹਿਲਾ ਦਿਨ ਸੀ ਜਿਸ ਦਿਨ ਮੈਂ ਬੇਬੇ ਜੀ ਹਰਾਂ ਕੋਲ ਗਿਆ ਅੱਛਾ ਜੀ ਤਾਂ ਬਸ ਉਸ ਤੋਂ ਬਾਅਦ ਮੈਨੂੰ ਇੰਨਾ ਚੰਗਾ ਲੱਗਿਆ ਤੇ ਮੈਂ ਹਾਲਾਂਕਿ ਉਹਦੇ ਘਰ ਦੇ ਹਾਲਾਤ ਬੜੇ ਨਾਜ਼ੁਕ ਸੀ ਹਾਂ ਫਾਈਨੈਂਸ਼ਲੀ ਅਸੀਂ ਬਹੁਤ ਟੁੱਟੇ ਹੋਏ ਸੀ ਫਾਦਰ ਸਾਹਿਬ ਪ੍ਰਤੀ ਮੇਰੀਆਂ ਬੜੀਆਂ ਜ਼ਿੰਮੇਵਾਰੀਆਂ ਸੀ ਜੀ ਪਰ ਪਤਾ ਨਹੀਂ ਉਹ ਕਿਹੜੀ ਪਾਵਰ ਸੀ ਜਿਹਨੇ ਮੈਨੂੰ ਕਿਹਾ ਕਿ ਨਹੀਂ ਆਓ ਨੌਕਰੀ ਛੱਡ ਤੇ ਆਕਰ ਹਾਂ ਤਾਂ ਬਸ ਫਿਰ ਮੈਂ ਬੇਬੇ ਹਰਾਂ ਨੂੰ ਉੱਥੇ ਹੌਲੀ ਹੌਲੀ ਮੜਾਇਆ ਪਹਿਲਾਂ ਤਾਂ ਮੈਨੂੰ ਇੱਥੇ ਰੱਖ ਲਓ ਤੁਸੀਂ ਹਾਂ ਰਹਿਣਾ ਸ਼ੁਰੂ ਕਰ ਲਿਆ ਫਿਰ ਇੱਕ ਦਿਨ ਬੇਬੇ ਨੇ ਮੈਨੂੰ ਆਪ ਹੀ ਆਖਿਆ ਕਹਿੰਦੀ ਨੌਕਰੀ ਛੱਡ ਸਮਝਾ ਕੇ ਡਿਜ਼ਾਈਨ ਕਰਾਇਆ। ਅੱਛਾ ਜੀ ਕਰਦੇ ਮਾੜੀ ਹਾਲਾਤ ਮਾੜੀ ਹੋਣ ਦੇ ਬਾਵਜੂਦ ਘਰੋਂ ਲੁਕੋਇਆ ਮੈਂ। ਅੱਛਾ ਹੁਣ ਘਰੇ ਤਾਂ ਨਹੀਂ ਦੱਸ ਸਕਦਾ ਸੀ ਮੈਂ। ਵੀ ਮੈਂ ਨੌਕਰੀ ਛੱਡ ਰਿਹਾ ਕਿਉਂਕਿ ਪਰਮਾਨੈਂਟ ਜੌਬ ਸੀ ਬਾਈ ਮੇਰੀ ਯੂਨੀਵਰਸਿਟੀ ਕਿਹੜੀ ਕਿਹੜੀ ਗੱਲ ਸੀ ਜਿਨੇ ਮਤਲਬ ਇਹ ਕੰਮ ਕਰਨ ਦੇ ਮਜਬੂਰ ਕਰਤਾ। ਪਰ ਚੰਗਾ ਬਹੁਤ ਲੱਗਦਾ ਸੀ ਉੱਥੇ। ਇੱਕ ਇਹ ਤਾਂ ਨਹੀਂ ਮੈਂ ਕੋਈ ਸੰਤ ਫਕੀਰ ਹਾਂ। ਪਰ ਮੈਂ ਆਸ਼ਕ ਜ਼ਰੂਰ ਹਾਂ ਇਸ ਗੱਲ ਦਾ ਕਿ ਜਿੱਥੇ ਮੈਨੂੰ ਲੱਗਦਾ ਹੈ ਕਿ ਆ ਮੇਰੇ ਕੰਮ ਦਾ ਮਾਹੌਲ ਹੈ ਪੂਰਾ ਤੇ ਉੱਥੇ ਫਿਰ ਕੰਪਰੋਮਾਈਜ਼ ਮੈਂ ਉਦੋਂ ਪਹਿਲਾਂ ਵੀ ਬਹੁਤ ਤਮਾਤੇ ਕੀਤੇ ਹੂੰ ਕਿ ਨਹੀਂ ਯਾਰ ਕਿਉਂਕਿ ਉੱਥੇ ਜਿਹੜਾ ਬੇਬੇ ਨਾਲ ਬੈਠ ਕੇ ਕਿਉਂਕਿ ਰੋਜ਼ ਮੇਰਾ ਤਾਂ ਚੱਲ ਮਹੌਲ ਸੀ ਪੂਰਾ ਅੱਜ ਮੰਦਿਰ ਚ ਜਾ ਕੇ ਸਤਸੰਗ ਹੋਰ ਕਿਉਂਕਿ ਬੇਬੇ ਹੋਰਾਂ ਨੂੰ ਸਭ ਧਰਮਾਂ ਦੇ ਲੋਕ ਪਿਆਰ ਕਰਦੇ ਸੀ ਇਹ ਮੇਰੇ ਲਈ ਸਭ ਤੋਂ ਵੱਡੀ ਗਵਾਹੀ ਸੀ ਹੂੰ ਕਿ ਇਹਨਾਂ ਨੂੰ ਕਿਉਂ ਕਰਦੇ ਠੀਕ ਹੈ ਕਿਉਂਕਿ ਉਹਨਾਂ ਨੇ ਕੋਈ ਚੱਲ ਵੀ ਗੱਲ ਨਹੀਂ ਕੀਤੀ ਸਿੱਧੀ ਜੀ ਖਰੀ ਜੀ ਗੱਲ ਹੀ ਕੀਤੀ ਜਿੰਨਾ ਮੈਂ ਉਹਨਾਂ ਨੂੰ ਸਤਸੰਗਾਂ ਚ ਸੁਣਿਆ ਤਾਂ ਉਹ ਮੈਨੂੰ ਲੱਗਦਾ ਹੁੰਦਾ ਸੀ ਕਿ ਯਾਰ ਨਹੀਂ ਗੁਰਦੁਆਰੇ ਚਾ ਚੱਲੇ ਅੱਜ ਅੱਜ ਉੱਥੇ ਬੈਠ ਕੇ ਆਰਾਮ ਨਾਲ ਪਿਛਕਿਉਂਕਿ ਵਾਜਾ ਵੀ ਆਉਂਦਾ ਸੀ ਮ ਹਾਂ ਨਾਲ ਗਾਉਂਦਾ ਸੀ ਬੇਬੇ ਤੇ ਆ ਗੀਤ ਸੀ ਜਿਹੜਾ ਜਿੰਨਾ ਨੂੰ ਤੂੰ ਦੱਸਦਾ ਇਹ ਬੇਬੇ ਨੇ ਪਹਿਲੇ ਦਿਨ ਪੜਿਆ ਸੀ ਕੰਗਣਾਲ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਉਹ ਤਾਂ ਅੱਖੀਆਂ ਨੇ ਹੋਰ ਜਿੰਨਾ ਨੂੰ ਤੂੰ ਦਿਸਦਾ ਉਹ ਤਾਂ ਅੱਖੀ ਆਏ ਪੜਦੇ ਸੀ ਉਹ ਅੱਛਾ ਤਾਂ ਕਿ ਮੈਂ ਅੱਗੇ ਲੈ ਕੇ ਬਾਬੇ ਬੇਲੀ ਨੂੰ ਫੋਨ ਕੀਤਾ ਸੀ ਹਾਂ ਬੇਬੇ ਤੋਂ ਵੀ ਬੇਬੇ ਮੈਂ ਦਾ ਗੀਤ ਬਣਾ ਲਾ। ਹਾਂ ਫਿਰ ਬਾਬੇ ਬੀਰੀ ਨੇ ਲਿਖਿਆ ਸੀ ਜਿੰਨਾਂ ਨੂੰ ਤੂੰ ਦੱਸਦਾ। ਸੋ ਆਈਂ ਕਦੇ ਮੰਦਿਰ ਚ ਬੈਠੇ ਹਾਂ। ਹਾਂ ਉੱਥੇ ਬੇਬੇ ਉਹਨੇ ਭਜਨ गा ਰਹੇ ਨੇ। ਨਾਲ ਜਦੋਂ ਗੱਲਾਂ ਕਰਦੇ ਨੇ ਤਾਂ ਮੈਨੂੰ ਬੜਾ ਚੰਗਾ ਲੱਗਦਾ ਸੀ। ਮਾਹ ਯਾਰ ਆਹ ਹੈ ਅਸਲ ਜ਼ਿੰਦਗੀ। ਅਸੀਂ ਕਿੱਥੇ ਉਲਝੇ ਪਏ ਆ ਵੀ ਉਹੀ ਆਪਦੀ ਧੌਣ ਚ ਡੰਡਾ ਪਸਾਈ ਫਿਰਦੇ ਆ। ਇਸ਼ਕ ਕਰਨਾ ਤਾਂ ਐਂ ਜਿਹੜੀ ਮੇਰੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ। YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।